ਸਤਿ ਸ਼੍ਰੀ ਅਕਾਲ ਜੀ। ਜਦੋਂ ਕਿਸਾਨ ਮੋਰਚਾ ਚੱਲਦਾ ਸੀਗਾ ਤਾਂ ਸਾਰੇ ਕਿਸਾਨ ਆਗੂ ਕਹਿੰਦੇ ਸੀ ਕਿ ਜਿਹੜੇ ਲੀਡਰ ਜਦੋਂ ਵੋਟਾਂ ਮੰਗਣ ਆਉਣਗੇ ਤਾਂ ਇਹਨਾਂ ਨੂੰ ਸਵਾਲ ਕਰਿਓ। ਅਤੇ ਜਿੱਦਾਂ ਕਿ ਹੁਣ ਰਾਜੇਵਾਲ ਸਾਹਿਬ ਆਪ ਇਲੈਕਸ਼ਨ ਲੜ ਰਹੇ ਨੇ ਅਤੇ ਲੀਡਰ ਬਣ ਗਏ ਨੇ, ਅਤੇ ਦੋ ਚਾਰ ਸਵਾਲ ਮੇਰੇ ਦਿਮਾਗ 'ਚ ਸੀਗੇ। ਹਾਲਾਂਕਿ ਮੇਰੀ ਵੋਟ ਪੱਕੀ ਤੌਰ 'ਤੇ ਰਾਜੇਵਾਲ ਸਾਹਿਬ ਨੂੰ ਹੈ, ਲੇਕਿਨ ਫਿਰ ਵੀ ਸਵਾਲ ਤਾਂ ਸੀਗੇ ਹੀ ਦਿਮਾਗ ਦੇ ਵਿੱਚ। ਰਾਜੇਵਾਲ ਸਾਹਿਬ, ਇੱਕ ਸਵਾਲ ਤਾਂ ਇਹ ਸੀਗਾ ਕਿ ਜੇ ਤੁਸੀਂ CM ਬਣ ਜਾਂਦੇ ਹੋ, ਵੈਸੇ ਤਾਂ ਪੰਜਾਬ 'ਚ ਇਹ ਵੀ ਹੈਗਾ ਕਿ ਜ਼ਮਾਨਤ ਵੀ ਜ਼ਬਤ ਹੋ ਜਾਣੀ, ਪਰ ਮੈਂ ਚਾਹੁੰਦਾ ਕਿ ਤੁਸੀਂ CM ਬਣੋ, ਜਿੱਤੋ ਇਲੈਕਸ਼ਨ। ਅਤੇ ਇਲੈਕਸ਼ਨ ਤੁਸੀਂ ਜਿੱਤ ਜਾਂਦੇ ਹੋ ਤਾਂ ਕਿਤੇ ਇੱਦਾਂ ਤਾਂ ਨਹੀਂ ਹੈ ਕਿ ਜਿੱਤਣ ਦੇ ਬਾਅਦ ਤੁਸੀਂ ਕਹੋ ਕਿ ਬਈ ਜਿੰਨੇ ਵੀ ਨਿਹੰਗ ਸਿੰਘ ਹੈਗੇ ਆ ਇਹ ਪੰਜਾਬ ਛੱਡ ਕੇ ਚਲੇ ਜਾਣ, ਕਿਉਂਕਿ ਇਹਨਾਂ ਨਾਲ ਮਾਹੌਲ ਖਰਾਬ ਹੁੰਦਾ ਪੰਜਾਬ ਦਾ, ਅਤੇ ਜਿੰਨੇ ਵੀ ਨਿਸ਼ਾਨ ਸਾਹਿਬ ਨੇ ਇਹ ਉਤਾਰ ਦਿੱਤੇ ਜਾਣ, ਮਾਹੌਲ ਫਿਰ ਅਗੇਨ ਉਹੀ ਵਾਲੀ ਗੱਲ ਹੈ। ਅਤੇ ਪੰਜਾਬ ਦੇ ਜਿੰਨੇ ਗੁਰਦੁਆਰੇ ਨੇ ਇਹਨਾਂ ਦਾ ਜਿਹੜਾ ਰੱਖ ਰਖਾਵ ਹੈ, ਜਿਹੜਾ ਮੈਨੇਜਮੈਂਟ ਹੈ, ਇਹ ਮਹੰਤਾਂ ਦੇ ਹੱਥ ਵਿੱਚ ਚਲੀ ਜਾਵੇ। ਬਸ ਇਹੀ ਸਵਾਲ ਸੀਗੇ ਪੁੱਛਣਾ ਸੀ, ਔਰ ਨਾਲ ਇੱਕ ਇਹ ਸਵਾਲ ਸੀਗਾ ਕਿ ਜਿਹੜੀ ਗੁਪਤ ਚਿੱਠੀਆਂ ਲਿਖੀਆਂ ਜਾਣਗੀਆਂ ਅਮਿਤ ਸ਼ਾਹ ਜੀ ਨੂੰ ਜਾਂ ਮੋਦੀ ਸਾਹਿਬ ਨੂੰ, ਇਹ ਚਿੱਠੀਆਂ ਜਨ ਤੱਕ ਇਲੈਕਸ਼ਨਾਂ ਦੇ ਬਾਅਦ ਹੋਣਗੀਆਂ ਜਾਂ ਪਹਿਲਾਂ ਹੋਣਗੀਆਂ, ਜਾਂ ਚੱਲਦੇ ਇਲੈਕਸ਼ਨਾਂ 'ਚ ਜਨ ਤੱਕ ਹੋਣਗੀਆਂ, ਜਾਂ ਜਿੰਨੀਆਂ ਵੀ ਗੁਪਤ ਮੀਟਿੰਗਾਂ ਹੋਣਗੀਆਂ, ਜੋ ਵੀ ਡੀਲਾਂ ਕੀਤੀਆਂ ਜਾਣਗੀਆਂ, ਇਹ ਜਨ ਤੱਕ ਹੋਣਗੀਆਂ ਜਾਂ ਨਹੀਂ ਹੋਣਗੀਆਂ, ਇਹ ਬਸ ਇਹਨਾਂ ਜਿੰਨਾ ਸਵਾਲ ਸੀਗਾ। ਔਰ ਨਾਲ ਦੇ ਨਾਲ ਇੱਕ ਇਹ ਵੀ ਸੀ ਕਿ ਜੋ ਤੁਹਾਡੇ ਚੇਲੇ ਨੇ, ਤੁਸੀਂ ਤਾਂ ਨਹੀਂ ਬੋਲਦੇ, ਚੇਲੇ ਨੇ, ਉਹ ਕਲੀਅਰ ਕਰਦੇ ਹਨ ਕਿ ਬਈ ਇਸ ਇਲੈਕਸ਼ਨ ਦੇ ਵਿੱਚ ਕੌਣ ਲੜ ਰਿਹਾ, ਕਿਉਂਕਿ ਬਾਅਦ 'ਚੋਂ ਫਿਰ ਉਹ ਕਹਿੰਦੇ ਆ ਕਿ ਬਈ ਜਿਹੜੇ ਹੁਣ ਸਿੱਖ ਆਪਣਾ ਮੋਰਚਾ ਅਲੱਗ ਲਗਾ ਲੈਣ ਅਤੇ ਫਲਾਨ ਕਰ ਲੈਣ, ਅਤੇ ਹੁਣ ਸਿੱਖ ਇਹਦੇ ਵਿੱਚ ਵੋਟ ਪਾਉਣੀ ਹੈ ਨਹੀਂ ਪਾਉਣੀ, ਕਿਤੇ ਬਾਅਦ 'ਚੋਂ ਤੁਹਾਡੀਆਂ ਭੇਡਾਂ ਬੋਲਣ ਕਿ ਵੀ ਸਿੱਖ ਆਪਣਾ CM ਅਲੱਗ ਚੁਣ ਲੈਣ, ਕੁਛ ਕਰ ਲੈਣ, ਥੋੜ੍ਹਾ ਜਿਹਾ ਕਨਫਿਊਜ਼ਨ ਹੈ ਬਸ ਇਹ ਰਾਜੇਵਾਲ ਸਾਹਿਬ ਇਹ ਥੋੜ੍ਹਾ ਜਿਹਾ ਕਲੀਅਰ ਕਰ ਦੇਣਾ। ਬਾਕੀ ਸਾਰਾ ਕੁਛ ਠੀਕ ਹੈ, ਮੇਰੀ ਵੋਟ ਤੁਹਾਨੂੰ ਪੱਕੀ ਹੈ, ਮੇਰੇ ਜਿੰਨੇ ਵੀ ਰਿਸ਼ਤੇਦਾਰ ਪੰਜਾਬ 'ਚ ਰਹਿੰਦੇ, ਮੈਂ ਉਹਨਾਂ ਨੂੰ ਜਿੱਦਾਂ ਮਰਜ਼ੀ ਮਨਾਵਾਂ, ਤੁਹਾਨੂੰ ਵੋਟ ਪਵਾਵਾਂਗਾ, ਜਿੰਨੇ ਸੱਜਣ ਮਿੱਤਰ ਨੇ, ਯਾਰ ਦੋਸਤ ਨੇ, ਸਾਰਿਆਂ ਦੀਆਂ ਵੋਟਾਂ ਤੁਹਾਡੇ ਲਈ ਪੱਕੀਆਂ ਨੇ, ਬਸ ਇਹ ਸਵਾਲਾਂ ਦੇ ਜਵਾਬ ਦੇ ਦਿਓ। ਸਤਿ ਸ਼੍ਰੀ ਅਕਾਲ।